ਐਸ ਪ੍ਰੀਮੀਅਮ ਥੀਮ ਪਾਰਕ ਡੀਕੈਥਲਨ ਇਹ ਵਗੈਰਾ ਇਹਦੇ ਵਿੱਚ ਹੀ ਨੇ ਸਟੋਰ ਇਹਦੇ ਕਿ ਅਲੱਗ ਨੇ ਆ ਡੀਕੈਥਲਨ ਤਾਂ ਇੰਡੀਆ 'ਚ ਵੀ ਬਹੁਤ ਹੈ ਯੂਰਪ 'ਚ ਵੀ ਬਹੁਤ ਸਪੋਰਟਸ ਦਾ ਸਮਾਨ ਸਾਰਾ ਕਾਰ ਖੜੀ ਵੀਕੈਂਡ ਤੇ ਟਿਕਟ ਵੀ ਮਹਿੰਗੀ ਹੋਣੀ ਹੈ ਟਿਕਟ ਸੇਮ ਹੀ ਹੈ ਇਧਰੋਂ ਮਿਲਦਾ ਟਿਕਟਾਂ ਨੇ ਨਾ ਨਵੀਆਂ ਹਾਂ ਲਓ ਜੀ ਤਰੀਕ ਹੈਗੀ ਅੱਜ ਤਰੀਕ ਕਿੰਨੀ ਅੱਜ 20 ਸ਼ਨੀਵਾਰ ਹੈ ਪਹੁੰਚ ਗਿਆ ਕੈਨੇਡਾ ਦੇ ਵੰਡਰਲੈਂਡ 'ਚ ਬੱਚਿਆਂ ਦੇ ਨਾਲ ਭੂਆ ਜੀ ਦੇ ਨਾਲ ਇੰਡੀਆ ਦੇ ਘੱਟ ਦੇਖੇ ਨੇ ਇੰਡੀਆ ਦਾ ਸਿਰਫ ਇੱਕ ਦੋ ਹੀ ਦੇਖਿਆ ਇੱਕ ਦਿਨ ਉੱਧਰ ਡਾਕਟਰ ਅਤੇ ਉਹਦੇ ਨਾਲ ਵੀ ਨਾਲ ਗਿਆ ਸੀ ਉੱਥੇ ਵਾਪਸ ਮੁੜ ਕੇ ਆਏ ਸੀ ਚਿੜੀਆ ਘਰ ਦੇਖ ਕੇ ਬਾਕੀ ਚੱਲਦੇ ਹਾਂ ਅੰਦਰ ਵੈਲਕਮ ਟੂ ਕੈਨੇਡਾ ਵੰਡਰਲੈਂਡ ਮੇਲਾ ਲਾਈਨਾਂ ਲੱਗੀਆਂ ਪਈਆਂ ਦੇਖਣਾ ਹੈ ਸਾਰੀ ਗੱਲ ਸਾਰੀ।
ਓਕੇ ਮੈਂ ਦੇਖਦਾ। ਗਰਮੀ ਵੀ ਇੱਥੇ ਅੱਤ ਦੀ ਪੈਂਦੀ ਆ, ਅੱਤ ਦੀ ਮਤਲਬ ਜਿੰਨੀ ਇੱਥੇ ਧੁੱਪ ਤਿੱਖੀ ਹੈ ਨਾ, ਇੰਨੀ ਕਦੀ ਇੰਡੀਆ 'ਚ ਮੈਨੂੰ ਅੱਜ ਤੱਕ ਧੁੱਪ ਤਿੱਖੀ ਨਹੀਂ ਮਿਲੀ ਜਿੰਨੀ ਇੱਥੇ ਤਿੱਖੀ ਹੈ। ਬਾਕੀ ਆ ਜਾਣਾ 5-7 ਦਿਨ ਹੁਣ ਇੰਡੀਆ ਇੰਡੀਆ ਹੀ ਉਹਨੇ ਉੱਟਣਾ ਆਪਾਂ ਨੂੰ। ਬੱਚੇ ਛੋਟੇ ਨੇ ਇਸ ਕਰਕੇ ਮੈਂ ਇਕੱਲਾ ਹੀ ਆ ਗਿਆ। ਪੂਜਾ ਜੀ ਕਹਿੰਦੇ ਨੇ ਤੁਸੀਂ ਜਾਓ ਲਓ ਰਾਈਡ। ਡੇਂਜਰ ਡੂ ਨੋਟ ਐਂਟਰ। ਭਾਂਤ ਭਾਂਤ ਦੀ ਦੁਨੀਆ ਕੈਨੇਡਾ 'ਚ ਆ ਕੇ ਵਸੀ ਹੋਈ ਆ, ਭਾਂਤ ਭਾਂਤ ਦੇ ਦੇਸ਼ਾਂ ਦਾ। ਲਾਈਨਾਂ ਇੱਥੇ ਵੀ ਲੱਗੀਆਂ ਨੇ। ਮੈਂ ਅੰਦਰ ਐਂਟਰ ਹੋ ਗਿਆ, ਮੈਨੂੰ ਪਤਾ ਨਹੀਂ ਮੈਂ ਕਿਹੜੀ ਰਾਈਡ ਲੈਣ ਜਾ ਰਿਹਾ, ਬਟ ਜਿਹੜੀ ਵੀ ਹੋਈ ਲੈ ਲਾਂਗੇ। ਓ ਮਾਈ ਗੋਡ, ਬਹੁਤ ਲੰਬੀਆਂ ਲਾਈਨਾਂ। ਵਿੱਚ ਹੀ ਇਹਨਾਂ ਦੇ ਡਾਕਟਰਾਂ ਦੀਆਂ ਟੀਮਾਂ ਵੀ ਲੱਗੀਆਂ ਫਿਰਦੀਆਂ ਨੇ ਕਿ ਕਿਸੇ ਨੂੰ ਕੋਈ ਵੀ ਦਿੱਕਤ ਹੁੰਦੀ ਤਾਂ ਉਸਦਾ ਇਲਾਜ ਕਰਨ ਵਾਸਤੇ। ਜਿਸ ਤਰ੍ਹਾਂ ਰਾਈਡਿੰਗ ਦੇ ਵਿੱਚ ਕਾਫੀ ਤਰ੍ਹਾਂ ਦੀ ਕੋਈ ਕ੍ਰਿਟੀਕਲ ਵੀ ਹੋ ਜਾਂਦਾ ਨਾ, ਦੈਟ ਇੱਕ ਘੰਟਾ ਹੋ ਗਿਆ ਲਾਈਨ ਦੇ ਵਿੱਚ ਲੱਗਿਆ, ਹਜੇ ਵੀ ਇੱਕ ਘੰਟਾ ਹੋਰ ਲੱਗ ਜਾਂਦਾ ਇੱਥੇ। ਅੱਕ ਕੇ ਛੱਡ ਕੇ ਆਉਣਾ ਪਿਆ ਕਿਉਂਕਿ ਬਾਹਰ ਬੱਚੇ ਵੇਟ ਕਰ ਰਹੇ ਆ, ਇਸ ਕਰਕੇ ਉਹ ਵੀ ਬੈਠੇ ਆ ਮੇਰੇ ਚੱਕਰ 'ਚ। ਸੋ ਆਈ ਸਕਿਪ ਦਿਸ ਰੋਲਰ ਕੋਸਟਰ। ਰੋਲਰ ਕੋਸਟਰ ਉੱਪਰ ਹੇਠਾਂ ਜਾਂਦਾ ਸੀ ਸਾਰਾ। ਟਾਈਮ ਬਹੁਤ ਲੱਗ ਰਿਹਾ ਸੀ। ਇਹ ਤਾਂ ਆਉਣਾ ਸੀ ਜਿਹੜੀ ਆ ਉਹ ਆ ਰਹੀ ਹੈ, ਟਾਈਮ ਬਹੁਤ ਜ਼ਿਆਦਾ ਲੱਗਣ ਕਰਕੇ ਫਿਰ ਸਕਿਪ ਕੀਤਾ। ਕਿਉਂਕਿ ਆਏ ਵੀ ਬਹੁਤ ਲੇਟ ਆ, 2:15 ਤੇ ਹੋ ਚੁੱਕੇ ਹਾਂ। ਬਸ ਇੱਥੋਂ ਤੱਕ ਹੀ ਸਲੋਅ ਹੁੰਦੀ, ਉਸ ਤੋਂ ਅੱਗੇ ਤੇਜ਼ ਹੋ ਜਾਏਗੀ। ਲੱਸੀ ਰਿੜਕਦੀ ਆ ਵੀ, ਦੁੱਧ ਰਿੜਕਦੀ ਆ ਵੀ, ਲੱਸੀ ਕੱਢੋ।
ਗਲਤ ਸਟਾਪ ਕਰ ਦਿੱਤੀ ਹੈ। ਚਲੋ ਚਲੀਏ ਫਿਰ ਯਾਰ, ਚਲੋ ਵੱਡਿਆਂ ਵਾਲੀ ਤਾਂ ਨਹੀਂ ਹੋਣੀ, ਬੱਚਿਆਂ ਵਾਲੀ ਕਰ ਲਈਏ। ਇੱਕ ਹੀ ਰਾਈਡ ਲਈ ਉਹ ਵੀ ਬੱਚਿਆਂ ਦੇ ਨਾਲ, ਦਿਮਾਗ ਤਾਂ ਦਹੀਂ ਕਰ ਛੱਡਿਆ। ਬਹੁਤ ਲੰਬੀ ਲੱਗੀ ਇੱਧਰ ਜਾਣਾ ਨਹੀਂ ਇੱਧਰ। ਲੈਨਕਸ ਸਨੋਪੀ ਮੇਲਾ ਲੱਗਾ ਹੋਇਆ ਛਪਾਰ ਦਾ।
ਯਮਾ ਬੈਂਡ ਕਿੱਥੇ ਜਾ ਰਹੇ ਨੇ ਪਤਾ ਨਹੀਂ। ਬਹੁਤ ਉੱਪਰ ਜਾ ਕੇ ਥੱਲੇ ਆਉਣਾ, ਦਿਖਾਵਾ ਹੁਣ ਕਿ ਚੜ੍ਹਨ ਲੱਗੇ ਪਰ ਜਾਏਗੀ ਸਿਰੇ। ਕੀ ਕਹਿੰਦੇ ਨੇ ਵਾਟਰ ਫੈਲਿੰਗ, ਕੀ ਕਹਿੰਦੇ ਨੇ ਝਰਨੇ ਨੂੰ, ਕੀ ਕਹਿੰਦੇ ਨੇ ਪਤਾ ਨਹੀਂ ਕੀ ਕਹਿੰਦੇ, ਝਰਨਾ ਕਹਿੰਦੇ ਨੇ ਆਪਾਂ ਪੰਜਾਬੀ ਬੋਲਣੀ, ਝਰਨਾ ਪੰਜਾਬੀ 'ਚ ਕਹਿੰਦੇ ਨੇ ਇਹ ਵੀ ਨਹੀਂ ਪਤਾ। ਧੌਲੀ ਧਾਰ ਕਹਿੰਦੇ, ਧਾਰ ਪਹਾੜ ਦੇ ਨਿਕਲੀ ਹੈ ਪਰ ਸੋਹਣਾ ਲੱਗਦਾ। ਤਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸਾਰਾ ਆਰਟੀਫਿਸ਼ਲ ਬਣਿਆ ਹੋਇਆ ਨਾ। ਹਾਂ ਔਰ ਦੇਖੋ ਬਣਾਇਆ ਕਿੰਨਾ ਸੋਹਣਾ।
ਵੰਡਰਲੈਂਡ ਦੀ ਪਾਰਕਿੰਗ ਤੋਂ ਪਤਾ ਲੱਗਦਾ ਕਿ ਤਾਂ ਜਨਤਾ ਕਿੰਨੀ ਕੁ ਹੈ। ਪਰਲੇ ਪਾਸੇ ਵੀ ਸਾਰੀ ਪਾਰਕਿੰਗ ਹੈ, ਸਾਹਮਣੇ ਸਾਰੀ ਪਾਰਕਿੰਗ, ਹਜ਼ਾਰਾਂ ਗੱਡੀ ਖੜੀ ਹੋਈ ਹੈ। ਅੰਦਰ ਕੋਸਟਲੀ ਵੀ ਹੈ ਨਾ, ਟੈਕਸ ਟੁਕਸ ਲਾਉਂਦੇ ਹੋਣ ਅੰਦਰ ਥੋੜ੍ਹਾ ਜਿਹਾ। ਸਸਕਾ ਉੱਪਰ ਜੀ, ਕਿੱਦਾਂ ਲੱਗਾ ਵੇਟ ਕਰਕੇ? ਮੈਂ ਅੱਗੇ ਭੂਆ ਜੀ ਨੂੰ ਕਹਿ ਰਿਹਾ, ਮੈਂ ਤੁਹਾਨੂੰ ਭਗਤ ਮਿਲੇ ਹੋਏ ਨੇ, ਥੈਂਕ ਯੂ ਸੋ ਮਚ, ਤੁਹਾਡੀ ਵਜ੍ਹਾ ਨਾਲ ਦੇਖ ਆਏ ਆ, ਬਹੁਤ ਵੇਟ ਕਰਾਈ ਤੁਹਾਨੂੰ। ਬਹੁਤ ਸੋਹਣਾ, ਬਹੁਤ ਸੋਹਣਾ, ਪੈਸਾ ਵਸੂਲ ਆ ਵੈਸੇ, ਇਹ ਤਾਂ ਨੀ ਚੜੇ ਹੈਗੇ। ਮੈਂ ਉਹਦੇ ਤੇ ਚੜਿਆ ਹਾਂ ਜਿਹੜੇ ਇੱਕੋ ਲੱਤ ਥੱਲੇ ਸੁੱਟਦੇ ਨੇ, ਬਹੁਤ ਐਕਸਪੀਰੀਅੰਸ ਕੀਤਾ ਜੀ।